ਹਾਂਜੀ, ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਵੀਰਾਂ ਨੂੰ। ਸੋ ਸਵਾਗਤ ਆ ਭੰਡਾਰੀ ਕਾਰ ਬਾਜ਼ਾਰ ਵਿੱਚ ਜੀ। ਭੰਡਾਰੀ ਕਾਰ ਬਾਜ਼ਾਰ ਅੱਜ ਤੁਹਾਡੇ ਲਈ ਲੈ ਕੇ ਆ ਗਿਆ ਜੀ ਮਿਕਸ ਕਾਰਾਂ ਦਾ ਸਟਾਕ। ਸੋ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀ। ਕਰਦੇ ਹਾਂ ਵੀਡੀਓ ਨੂੰ ਸਟਾਰਟ ਜੀ। ਆਓ ਜੀ ਮੇਰੇ ਵੀਰ ਭਰਾ, ਲਓ ਜੀ ਆਪਣੇ ਕੋਲ ਬਰੇਜ਼ਾ ਆ ਗਈ ਆ LXi 21 ਮਾਡਲ, ਪੈਟਰੋਲ ਕਾਰ ਆ ਜੀ। 8B ਇਹਦਾ ਰੇਟ ਲੱਗਾ ਹੋਇਆ ਜੀ, ਬਾਕੀ ਤੁਹਾਨੂੰ ਵਧੀਆ ਰੇਟ 'ਚ ਦੇਵਾਂਗੇ। ਇਹਦੇ ਵਿੱਚ ਅਸੈਸਰੀ ਲੱਗੀ, ਫੋਗ ਲੈਂਪ, ਪੇਡ ਨੰਬਰ ਲੱਗਾ ਹੋਇਆ ਜੀ 3300, ਸੀਟ ਕਵਰ 70 ਮੈਟ, ਐਂਡਰਾਇਡ ਪਲੇਅਰ, ਬੈਕ ਕੈਮਰਾ, ਇਹਦੇ ਵਿੱਚ ਅਸੈਸਰੀ ਵਗੈਰਾ ਲੱਗੀ ਹੋਈ ਹੈ ਜੀ। ਬਾਕੀ ਵਿੱਚੋਂ ਗੱਡੀ ਦੀ ਕੰਡੀਸ਼ਨ ਦੇਖ ਸਕਦੇ ਹੋ ਜੀ, ਬੈਕ ਤੋਂ ਦੇਖ ਸਕਦੇ ਹੋ, ਨਿਗਾਹ ਮਾਰ ਸਕਦੇ ਹੋ ਮੇਰੇ ਵੀਰ ਭਰਾ, ਨੰਬਰ ਦੇਖ ਸਕਦੇ ਹੋ PB8383300। ਲਓ ਜੀ ਅੱਗੇ ਮੇਰੇ ਵੀਰਿਓ ਆ ਗਈ ਆਪਣੇ ਕੋਲ ਬਰੇਜ਼ਾ ZXi ਬਲੈਕ ਕਲਰ, 23 ਮਾਡਲ ਆ ਜੀ, 7400 ਗੱਡੀ ਚੱਲੀ ਹੋਈ ਆ ਮੇਰੇ ਵੀਰਿਓ। 12-10 ਇਹਦਾ ਰੇਟ ਲੱਗਾ, 12,10,000 ਤੁਹਾਨੂੰ ਲੈਸ ਕਰਕੇ ਵਧੀਆ ਰੇਟ 'ਚ ਕਾਰ ਦੇ ਦਾਂਗੇ। ਬਾਕੀ ਪੈਟਰੋਲ ਕਾਰ ਆ ਜੀ ਇਹ, 70 ਮੈਟ, ਫੁੱਟ ਰੈਸਟ ਜੀ, ਬਾਕੀ ਪੇਡ ਨੰਬਰ ਲੱਗਾ ਹੋਇਆ 0021। ਬਾਕੀ ਵਿੱਚੋਂ ਗੱਡੀ ਦੀ ਕੰਡੀਸ਼ਨ ਦੇਖ ਸਕਦੇ ਹੋ, ਰੇਟ ਲਿਸਟ ਇੱਕ ਵਾਰੀ ਚੈੱਕ ਕਰ ਲਓ ਮੇਰੇ ਵੀਰ ਭਰਾ, ਗੱਡੀ ਦੀ ਵਿੱਚੋਂ ਕੰਡੀਸ਼ਨ ਦਿਖਾ ਦਿਓ। ਬਾਕੀ ਮੈਨੂਅਲ 'ਚ ਤੁਹਾਨੂੰ ਕਾਰ ਮਿਲ ਜੂਗੀ, ਸੀਟਾਂ ਚੈੱਕ ਕਰ ਸਕਦੇ ਹੋ ਮੇਰੇ ਵੀਰ ਭਰਾ, ਸੀਟਾਂ ਸੁੱਟਾਂ ਐਨ ਓਕੇ ਆ ਜੀ ਪੂਰੀਆਂ। ਬਾਕੀ ਪੁਸ਼ ਬਟਨ ਗੱਡੀ ਸਟਾਰਟ ਹੈ ਜੀ, ਮੈਟ ਮੂਟ ਵਿੱਚ ਲੱਗੇ ਹੋਏ ਆ ਅਤੇ ਸਕਰੀਨ ਵਿੱਚ ਲੱਗੀ ਹੋਈ ਹੈ ਜੀ, ਸਭ ਤੋਂ ਜਿਹੜੀ ਵੱਡੀ ਗੱਲ ਆ। ਆਓ ਜੀ ਬਾਕੀ ਬੈਕ ਤੋਂ ਇੱਕ ਵਾਰੀ ਗੱਡੀ ਦੀ ਲੁੱਕ ਦਿਖਾ ਦਿਓ ਮੇਰੇ ਵੀਰ ਭਰਾਵਾਂ ਨੂੰ ਜੀ, ਟਾਇਰ ਦੇਖ ਸਕਦੇ ਹੋ, ਬੈਕ ਤੋਂ ਲੁੱਕ ਦੇਖ ਸਕਦੇ ਹੋ ਜੀ ਗੱਡੀ ਦੀ। ਬਾਕੀ ਨੰਬਰ ਲੱਗਾ PB7 ਹੁਸ਼ਿਆਰਪੁਰ ਦਾ 0021, ਨੰਬਰ ਸੋਹਣਾ ਲੱਗਾ ਹੋਇਆ ਜੀ ਕਾਰ ਨੂੰ। ਸੋ ਬਾਕੀ ਚੱਲਦੇ ਹਾਂ ਇੱਧਰ, ਦਿਖਾਓ ਜੀ ਇੱਧਰਲੇ ਪਾਸੇ ਆ ਜਾਓ ਮੇਰੇ ਵੀਰ ਭਰਾ। ਬਾਕੀ ਆਪਣੇ ਕੋਲ ਆ ਗਿਆ ਜੀ i20 ਸਪੋਰਟਸ, 16 ਮਾਡਲ ਗੱਡੀ ਹੈ ਜੀ, 27,000 ਚੱਲੀ ਆ, ਪੈਟਰੋਲ ਕਾਰ ਆ ਜੀ, 6,00,000 ਇਹਦਾ ਰੇਟ ਲੱਗਾ ਹੋਇਆ ਜੀ, ਇਹ ਵੀ ਤੁਹਾਨੂੰ ਲੈਸ ਕਰਕੇ ਵਧੀਆ ਰੇਟ 'ਚ ਦੇ ਦਾਂਗੇ। ਬਾਕੀ ਲੁੱਕ ਗੱਡੀ ਦੀ ਤੁਹਾਡੇ ਸਾਹਮਣੇ ਆ ਜੀ, ਦੇਖ ਸਕਦੇ ਹੋ ਮੇਰੇ ਵੀਰ ਭਰਾ, ਨਿਗਾਹ ਮਾਰ ਸਕਦੇ ਹੋ। ਬਾਕੀ ਵਿੱਚੋਂ ਇੱਕ ਵਾਰੀ ਗੱਡੀ ਦੀ ਕੰਡੀਸ਼ਨ ਦਿਖਾ ਦਿਓ ਜੀ, ਮੈਨੂਅਲ 'ਚ ਕਾਰ ਆ ਜੀ, ਸੀਟ ਕਵਰ ਵਗੈਰਾ ਮੈਟ ਵਗੈਰਾ ਵਿੱਚ ਵਿਛੇ ਹੋਏ ਆ ਜੀ। ਬਾਕੀ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਜੀ, ਵਿੱਚੋਂ ਦੇਖ ਸਕਦੇ। ਬਾਕੀ ਬੈਕ ਲੁੱਕ ਦੇਖ ਸਕਦੇ ਹੋ ਮੇਰੇ ਵੀਰ ਭਰਾ, i20 ਸਪੋਰਟਸ, PB08, DM4163 ਨੰਬਰ ਹੈ ਜੀ। ਬਾਕੀ ਦੇਖ ਸਕਦੇ ਹੋ ਮੇਰੇ ਵੀਰ ਭਰਾ, ਨਿਗਾਹ ਮਾਰ ਸਕਦੇ ਹੋ ਜੀ। ਲਓ ਮੇਰੇ ਵੀਰਿਓ ਅੱਗੇ ਆਪਣੇ ਕੋਲ ਆ ਗਈ ਆ ਜੀ ਸਲਾਰੀਓ ZXi ਪੈਟਰੋਲ ਕਾਰ ਆ ਜੀ, 24,000 ਗੱਡੀ ਚੱਲੀ ਹੋਈ ਆ, 4,65 ਇਹਦਾ ਰੇਟ ਲੱਗਾ ਹੋਇਆ। ਬਾਕੀ ਗੱਡੀ ਦੀ ਕੰਡੀਸ਼ਨ ਦੇਖ ਸਕਦੇ ਹੋ ਜੀ, ਇਹ ਵੀ ਤੁਹਾਨੂੰ ਆਪਾਂ ਲੈਸ ਕਰਕੇ ਵਧੀਆ ਰੇਟ 'ਚ ਦੇ ਦਾਂਗੇ ਜੀ। ਬਾਕੀ ਕੰਡੀਸ਼ਨ ਦੇਖ ਸਕਦੇ ਹੋ ਗੱਡੀ ਦੀ, ਵਿੱਚੋਂ ਮੇਰੇ ਵੀਰ ਭਰਾ ਚੈੱਕ ਕਰ ਸਕਦੇ ਹੋ ਜੀ, ਮੈਟ ਮੂਟ ਲੱਗੇ ਆ ਜੀ। ਬਾਕੀ ਸੀਟਾਂ ਦੀ ਕੰਡੀਸ਼ਨ ਓਕੇ ਆ ਜੀ, ਮੈਨੂਅਲ 'ਚ ਕਾਰ ਆ ਜੀ, ਅਤੇ ਬਾਕੀ ਬਲੂਟੁੱਥ ਵਾਲਾ ਸਿਸਟਮ ਲੱਗਾ ਹੋਇਆ, ਸਪੀਕਰ ਵਿੱਚ ਲੱਗੇ ਹੋਏ ਆ ਜੀ, AC ਸਾਰਾ ਕੁਝ ਵਰਕਿੰਗ ਆ ਜੀ। ਬਾਕੀ ਬੈਕ ਤੋਂ ਦੇਖ ਸਕਦੇ ਹੋ ਜੀ ਲੁੱਕ, ਨੰਬਰ ਦੇਖ ਸਕਦੇ ਹੋ PB65 ਮੋਹਾਲੀ ਦਾ ਨੰਬਰ ਹੈ ਜੀ। ਅਤੇ ਬਾਕੀ ਚੱਲਦੇ ਹਾਂ ਅਗਲੀ ਕਾਰ ਵੱਲ, ਆਪਣੇ ਕੋਲ ਆ ਗਈ ਆ ਜੀ ਗ੍ਰੈਂਡ i10, ਇਹ ਪੈਟਰੋਲ ਕਾਰ ਆ ਜੀ, 14 ਮਾਡਲ ਆ, ਅਤੇ ਚੱਲੀ ਹੈਗੀ ਆ ਜੀ 86,340 ਕਿਲੋਮੀਟਰ, 4B ਇਹਦਾ ਰੇਟ ਲੱਗਾ, ਇਹ ਵੀ ਤੁਹਾਨੂੰ ਆਪਾਂ ਲੈਸ ਕਰਕੇ ਵਧੀਆ ਰੇਟ 'ਚ ਦੇ ਦਾਂਗੇ ਜੀ। ਬਾਕੀ ਕੰਡੀਸ਼ਨ ਗੱਡੀ ਦੀ ਦੇਖ ਸਕਦੇ ਹੋ ਜੀ, ਮੈਨੂਅਲ 'ਚ ਕਾਰ ਆ ਜੀ, ਪੁਸ਼ ਬਟਨ ਸਟਾਰਟ ਆ ਕਾਰ, ਮੈਟ ਮੂਟ ਵਿੱਚ ਲੱਗੇ ਹੋਏ ਆ ਜੀ, ਚੈੱਕ ਕਰ ਸਕਦੇ ਹੋ ਮੇਰੇ ਵੀਰ ਭਰਾ, ਸੀਟਾਂ ਦੀ ਕੰਡੀਸ਼ਨ ਵੀ ਬਿਲਕੁਲ ਬਾਕੀ ਸਾਫ਼ ਕਾਰ ਆ ਜੀ। ਬਾਕੀ ਮੇਰੇ ਵੀਰ ਭਰਾ ਪਿੱਛੋਂ ਗੱਡੀ ਦੀ ਲੁੱਕ ਦੇਖ ਸਕਦੇ ਹੋ ਜੀ, ਪਿੱਛੋਂ ਇੱਕ ਵਾਰੀ ਗੱਡੀ ਦੀ ਲੁੱਕ ਦਿਖਾ ਦਿਓ ਜੀ, ਗ੍ਰੈਂਡ i10 ਆਸਤਾ ਜੀ। ਬਾਕੀ ਨੰਬਰ ਦੇਖ ਸਕਦੇ ਹੋ, PB65 ਨੰਬਰ ਲੱਗਾ ਜੀ ਮੋਹਾਲੀ ਦਾ, ਮੇਰੇ ਵੀਰ ਭਰਾ ਚੈੱਕ ਕਰ ਸਕਦੇ ਹੋ, 95,43 ਨੰਬਰ ਆ ਜੀ। ਬਾਕੀ ਅੱਗੇ ਆਪਣੇ ਕੋਲ ਆ ਗਈ ਆ ਜੀ i20 ਮੈਗਨਾ, 19 ਮਾਡਲ ਕਾਰ ਆ ਜੀ, ਪੈਟਰੋਲ ਕਾਰ ਆ। ਸੋ ਇਹ 7,000 ਗੱਡੀ ਚੱਲੀ ਹੋਈ ਹੈ ਜੀ, 6,60 ਦਾ ਰੇਟ ਲੱਗਾ ਹੋਇਆ ਜੀ, ਇਹ ਵੀ ਤੁਹਾਨੂੰ ਆਪਾਂ ਵਧੀਆ ਰੇਟ 'ਚ ਦੇ ਦਾਂਗੇ। ਇਹਦੀ ਕੰਡੀਸ਼ਨ ਵੀ ਵਿੱਚੋਂ ਤੁਸੀਂ ਦੇਖ ਲਓ, ਦੇਖ ਸਕਦੇ ਹੋ ਮੇਰੇ ਵੀਰ ਭਰਾ, ਮੈਨੂਅਲ 'ਚ ਕਾਰ ਆ ਜੀ, ਮੈਟ ਮੂਟ ਵਿੱਚ ਲੱਗੇ ਹੋਏ ਆ, ਸੀਟਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਜੀ, ਸਪੀਕਰ ਵਿੱਚ ਲੱਗੇ ਹੋਏ ਆ, ਬਲੂਟੁੱਥ ਸਿਸਟਮ ਆ ਜੀ ਇਹ 'ਚ ਲੱਗਾ ਹੋਇਆ। ਬਾਕੀ ਪਿੱਛੋਂ ਦੇਖ ਸਕਦੇ ਹੋ ਲੁੱਕ, ਗੱਡੀ ਦੀ ਚੈੱਕ ਕਰਾ ਦਿਓ ਮੇਰੇ ਵੀਰ ਭਰਾਵਾਂ ਨੂੰ, i20 PB22 ਨੰਬਰ ਲੱਗਾ ਹੋਇਆ ਜੀ। ਅਤੇ ਹੁਣ ਚੱਲਦੇ ਹਾਂ ਅਗਲੀ ਕਾਰ ਵੱਲ ਜੀ,
ਸੋ ਆਪਣੇ ਕੋਲ ਆ ਗਈ ਹੈ ਜੀ i20 ਆਸਤਾ। ਇਹ 20 ਮਾਡਲ ਕਾਰ ਆ ਜੀ, 17,000 ਗੱਡੀ ਚੱਲੀ ਹੋਈ ਹੈ ਜੀ। ਸੋ 8-35 ਇਹਦਾ ਰੇਟ ਲੱਗਾ, ਪੈਟਰੋਲ ਕਾਰ ਆ ਜੀ, ਇਹ ਵੀ ਤੁਹਾਨੂੰ ਆਪਾਂ ਵਧੀਆ ਰੇਟ 'ਚ ਦੇਵਾਂਗੇ। ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਜੀ ਕਾਰ ਦੀ, ਨਿਗਾਹ ਮਾਰ ਸਕਦੇ ਹੋ ਮੇਰੇ ਵੀਰ ਭਰਾ। ਬਾਕੀ ਵਿੱਚੋਂ ਦੇਖ ਸਕਦੇ ਹੋ ਜੀ, ਸਕਰੀਨ ਗੱਡੀ ਵਿੱਚ ਲੱਗੀ ਹੋਈ ਹੈ ਜੀ, ਮੈਨੂਅਲ 'ਚ ਕਾਰ ਆ, ਸੀਟਾਂ ਇੱਕਦਮ ਓਕੇ ਆ ਜੀ, ਮੈਟ ਬੂਟ ਲੱਗੇ ਹੋਏ ਆ, ਪੁਸ਼ ਬਟਨ ਸਟਾਰਟ ਗੱਡੀ ਹੈ ਜੀ, ਦੇਖ ਸਕਦੇ ਹੋ ਮੇਰੇ ਵੀਰ ਭਰਾ, ਨਿਗਾਹ ਮਾਰ ਸਕਦੇ ਹੋ ਜੀ। ਅਤੇ ਵੀਡੀਓ ਨੂੰ ਚਲਦੀ ਚਲਦੀ ਨੂੰ ਲਾਈਕ ਕਰ ਦਿਓ। ਬਾਕੀ ਟਾਇਰਾਂ ਦੀ ਕੰਡੀਸ਼ਨ ਦੇਖ ਲਓ ਇੱਕ ਵਾਰੀ, ਟਾਇਰਾਂ ਦੀ ਕੰਡੀਸ਼ਨ ਦਿਖਾ ਦਿਓ ਮੇਰੇ ਵੀਰ ਭਰਾਵਾਂ ਨੂੰ, ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ। ਬਾਕੀ ਬੈਕ ਤੋਂ ਇੱਕ ਵਾਰੀ ਗੱਡੀ ਦੀ ਲੁੱਕ ਅਤੇ ਨੰਬਰ ਦੇਖ ਸਕਦੇ ਹੋ ਜੀ, PB03 ਨੰਬਰ ਲੱਗਾ ਹੋਇਆ ਜੀ ਇਹਨੂੰ। ਸੋ ਬਾਕੀ ਅੱਗੇ ਆ ਗਈ ਹੈ ਜੀ i20 16 ਮਾਡਲ, i20 16 ਮਾਡਲ ਆ ਗਈ ਹੈ ਜੀ, ਪੈਟਰੋਲ ਕਾਰ ਆ ਜੀ, 1,46,000 ਗੱਡੀ ਚੱਲੀ ਹੈ ਜੀ, 1,46,000। ਸੋ ਫਸਟ ਓਨਰ ਕਾਰ ਆ ਜੀ, ਵੈਸੇ 5-20 ਇਹਦਾ ਰੇਟ ਲੱਗਾ, ਇਹ ਵੀ ਤੁਹਾਨੂੰ ਆਪਾਂ ਵਧੀਆ ਰੇਟ 'ਤੇ ਦੇ ਦਾਂਗੇ। ਕੰਡੀਸ਼ਨ ਗੱਡੀ ਦੀ ਦੇਖ ਲਓ, ਤੁਹਾਡੇ ਸਾਹਮਣੇ ਆ, ਚੈੱਕ ਕਰ ਸਕਦੇ ਮੇਰੇ ਵੀਰ ਭਰਾ। ਇਹ ਵੀ ਮੈਨੂਅਲ 'ਚ ਕਾਰ ਆ ਜੀ, ਸੀਟਾਂ ਸੂਟਾਂ ਓਕੇ ਆ, ਬਿਲਕੁਲ ਸਾਫ਼ ਕਾਰ ਆ ਜੀ, ਮੈਟ ਮੂਟ ਵਿੱਚ ਲੱਗੇ ਹੋਏ ਆ, ਬਲੂਟੁੱਥ ਪਲੇਅਰ ਲੱਗਾ ਜੀ। ਬਾਕੀ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੀ ਆ, ਦੇਖ ਸਕਦੇ ਹੋ। ਟਾਇਰ ਇੱਕ ਵਾਰੀ ਦਿਖਾ ਦਿਓ ਮੇਰੇ ਵੀਰ ਭਰਾਵਾਂ ਨੂੰ ਜੀ, ਟਾਇਰਾਂ ਵਾਲੇ ਨਿਗਾਹ ਮਾਰ ਸਕਦੇ ਹੋ ਮੇਰੇ ਵੀਰ ਭਰਾ, ਚੈੱਕ ਕਰ ਸਕਦੇ ਹੋ। ਸੋ ਇਹੀ ਅੱਜ ਦੀ ਜੀ ਵੀਡੀਓ ਸੀਗੀ, ਆਪਣੇ ਕੋਲ ਕਾਰਾਂ ਖੜੀਆਂ ਆ, ਹਰੇਕ ਤਰ੍ਹਾਂ ਦੀ ਕਾਰ ਖੜੀ ਆ ਜੀ, ਜਿਹੜੀ ਮਰਜ਼ੀ ਲੈ ਜਾਓ ਤੁਸੀਂ, ਬਸ ਇੱਕ ਵਾਰੀ ਪਹੁੰਚੋ ਭੰਡਾਰੀ ਕਾਰ ਬਾਜ਼ਾਰ ਭੋਪਰ ਜੀ। ਵੀਡੀਓ ਨੂੰ ਦੇਖਣ ਤੋਂ ਬਾਅਦ ਲਾਈਕ ਕਰ ਲਿਓ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਇੱਦਾਂ ਤੁਹਾਨੂੰ ਨਵੀਆਂ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੂਗੀ ਜੀ। ਚੰਗਾ ਜੀ, ਮਿਲਾਂਗੇ ਅਗਲੀ ਵੀਡੀਓ ਨਾਲ, ਸਤਿ ਸ਼੍ਰੀ ਅਕਾਲ ਜੀ।